ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਸ਼ਰਨਦੀਪ ਕੌਰ, ਮੇਰਾ ਪਿੰਡ ਕਧਾਲਾ ਗੁਰੂ ਭੋਗਪੁਰ ਦੀ ਮੈਂ ਰਹਿਣ ਵਾਲੀ ਹਾਂ। ਮੇਰੀ ਗਵਾਹੀ ਇਹ ਆ ਕਿ ਮੈਨੂੰ 8 ਮਹੀਨਿਆਂ ਤੋਂ ਪੀਰੀਅਡ ਦੀ ਪ੍ਰੋਬਲਮ ਸੀ। ਮੈਨੂੰ ਪੀਰੀਅਡ ਬਹੁਤ ਜ਼ਿਆਦਾ ਆਉਂਦੇ ਸੀ, 15-15 ਦਿਨ ਤੱਕ ਮੈਨੂੰ ਪੀਰੀਅਡ ਰਹਿੰਦੇ ਸੀ, ਜਿਹੜੇ ਕਦੀ ਵੀ ਬੰਦ ਨਹੀਂ ਹੁੰਦੇ ਸੀਗੇ। ਮੈਨੂੰ ਬਹੁਤ ਜ਼ਿਆਦਾ ਬਲੀਡਿੰਗ ਹੁੰਦੀ ਸੀ, ਜਿਸ ਨਾਲ ਮੈਨੂੰ ਬਹੁਤ ਸਾਰੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਅਤੇ ਮੈਂ ਬਹੁਤ ਸਾਰੀਆਂ ਮੈਡੀਸਨ ਖਾਧੀਆਂ, ਜਿਸ ਨਾਲ ਮੈਨੂੰ ਕੋਈ ਫਰਕ ਨਹੀਂ ਪਿਆ। ਉਸ ਤੋਂ ਬਾਅਦ ਮੈਂ ਚਰਚ ਆਉਣਾ ਸਟਾਰਟ ਕੀਤਾ। ਚਰਚ ਆ ਕੇ ਮੈਂ ਪਾਸਟਰ ਗੁਰਸ਼ਰਨ ਜੀ ਤੋਂ ਲੇ ਹੈਂਡ ਪ੍ਰਾਰਥਨਾ ਕਰਵਾਈ, ਅਤੇ ਜਿਸ ਦਿਨ ਮੇਰੇ 'ਤੇ ਪਾਸਟਰ ਜੀ ਨੇ ਲੇ ਹੈਂਡ ਕੀਤਾ, ਉਸੇ ਘੜੀ ਮੈਂ ਚੰਗੀ ਹੋ ਗਈ। ਮੈਂ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇਸ ਸ਼ਿਫਾ ਲਈ। ਮੈਂ ਅੱਜ ਪੂਰੀ ਤਰ੍ਹਾਂ ਆਜ਼ਾਦ ਹਾਂ, ਅਤੇ ਪ੍ਰਭੂ ਜੀ ਦਾ ਅਤੇ ਪ੍ਰਭੂ ਜੀ ਦੀ ਦਾਸੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ, ਜੇ ਤੁਸੀਂ ਦੁਖੀ ਹੋ, ਪਰੇਸ਼ਾਨ ਹੋ, ਖੋਜਿਆਲ ਚਰਚ ਵਿੱਚ ਆਓ ਅਤੇ ਆਪਣੀ ਸ਼ਿਫਾ ਨੂੰ ਲਓ, ਜਿਸ ਤਰ੍ਹਾਂ ਮੈਂ ਬਲੈਸਿੰਗ ਨੂੰ ਲਿਆ, ਅਤੇ ਤੁਸੀਂ ਵੀ ਬਲੈਸਿੰਗ ਨੂੰ ਲਓ। ਅਤੇ ਮੈਂ ਪ੍ਰਭੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਾਸਟਰ ਦਿਓਲ ਖੋਜੇਵਾਲਾ, ਤੇ ਸਾਡਾ ਫੇਸਬੁੱਕ ਪੇਜ ਪਾਸਟਰ ਦਿਓਲ ਖੋਜੇਵਾਲਾ।